ਜਾਲੀ ਜ਼ਮੀਨ ਦੇ ਕਾਗਜ਼ਾਂ ਦਿਖਾ ਕਰਵਾਉਂਦਾ ਸੀ ਜ਼ਮਾਨਤ। ਹੁਣ ਤੱਕ ਕਈ ਵੱਡੇ ਵੱਡੇ ਅਪਰਾਧੀਆਂ ਦੀ ਕਰਵਾ ਚੁੱਕਾ ਹੈ ਜ਼ਮਾਨਤ। ਪਟਵਾਰੀ ਅਤੇ ਤਹਿਸੀਲਦਾਰ ਦੇ ਕਰਦਾ ਸੀ ਜਾਲੀ ਦਸਤਖਤ। ਵੇਖੋ ਕਿਵੇਂ ਪੁਲਿਸ ਨੇ ਇਸ ਸ਼ਖਸ ਨੂੰ ਕੀਤਾ ਕਾਬੂ। ਤਾਂ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਇੱਕ ਸ਼ਖਸ ਨੂੰ ਕਾਬੂ ਕੀਤਾ ਗਿਆ, ਜਿਸਦੇ ਕਾਰਨਾਮੇ ਸੁਣ ਕੇ ਸ਼ਾਇਦ ਤੁਸੀਂ ਵੀ ਹੈਰਾਨ ਹੋ ਜਾਓਗੇ, ਕਿਉਂਕਿ ਇਸ ਸ਼ਖਸ ਨੇ ਜਾਲੀ ਫਰਦਾ ਕਢਾ ਕੇ ਉਸਤੇ ਪਟਵਾਰੀ ਅਤੇ ਤਹਿਸੀਲਦਾਰ ਦੇ ਜਾਲੀ ਸਿਗਨੇਚਰ ਕੀਤੇ, ਜਿਸ ਤੋਂ ਬਾਅਦ ਇਹ ਕਈ ਵੱਡੇ ਵੱਡੇ ਮੁਜਰਿਮਾਂ ਨੂੰ ਜ਼ਮਾਨਤ ਤੇ ਬਾਹਰ ਲੈ ਕੇ ਆਉਂਦਾ ਸੀ। ਇਸ ਸੰਬੰਧੀ ਸਬ ਰਜਿਸਟਰਾਰ ਨੇ ਦੱਸਿਆ ਕਿ ਅੱਜ ਉਹ ਇਹ ਫਰਦ ਕਢਵਾ ਕੇ ਲਿਆਇਆ ਸੀ ਤੇ ਸਾਡੇ ਕੋਲ ਪਹੁੰਚਿਆ। ਤਾਂ ਅਸੀਂ ਦੇਖਿਆ ਕਿ ਪਟਵਾਰੀ ਦੇ ਸਿਗਨੇਚਰ ਜੋ ਕੀਤੇ ਹੋਏ ਨੇ, ਅਜਿਹਾ ਕੋਈ ਪਟਵਾਰੀ ਹੀ ਨਹੀਂ ਹੈ। ਤੇ ਫਿਰ ਜਦ ਤਹਿਸੀਲਦਾਰ ਦੇ ਸਿਗਨੇਚਰ ਦੀ ਜਾਂਚ ਕੀਤੀ ਗਈ ਤਾਂ ਉਹ ਵੀ ਜਾਲੀ ਨਿਕਲੀ, ਜਿਸ ਤੋਂ ਬਾਅਦ ਸ਼ੱਕ ਹੋਣ ਤੇ ਉਹਨਾਂ ਨੇ ਪੁਲਿਸ ਨੂੰ ਬੁਲਾਇਆ ਤੇ ਪੁਲਿਸ ਦੇ ਵੱਲੋਂ ਇਸ ਸ਼ਖਸ ਨੂੰ ਕਾਬੂ ਕੀਤਾ ਗਿਆ। ਤਾਂ ਪੁੱਛਗਿੱਛ ਦੇ ਦੌਰਾਨ ਇਸਨੇ ਚੰਡੀਗੜ੍ਹ ਵਿੱਚ ਰਹਿਣ ਵਾਲੇ 3 ਤੋਂ 4 ਬੰਦਿਆਂ ਦਾ ਨਾਮ ਦੱਸਿਆ ਤੇ ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਕਈ ਸਮੇਂ ਤੋਂ ਇਹ ਜਾਲੀ ਜ਼ਮੀਨ ਦੇ ਕਾਗਜ਼ਾਂ ਦਿਖਾ ਕੇ ਕਈ ਵੱਡੇ ਵੱਡੇ ਮੁਜਰਿਮਾਂ ਦੀ ਬੇਲ ਕਰਵਾ ਚੁੱਕਿਆ ਤੇ ਮੋਟਾ ਪੈਸਾ ਇਸ ਸੰਬੰਧੀ ਇਹ ਉਹਨਾਂ ਤੋਂ ਲੈਂਦਾ ਸੀ। ਤਾਂ ਇਹ ਪੂਰਾ ਇੱਕ ਨੈਕਸਸ ਹੈ ਜੋ ਕੰਮ ਕਰਦਾ ਹੈ, ਜਿਸਦੀ ਹੁਣ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਤਾਂ ਵੱਡਾ ਖੁਲਾਸਾ ਜਿਹੜਾ ਹੋਇਆ, ਜਿੱਥੇ ਜਾਲੀ ਜ਼ਮੀਨ ਦੇ ਕਾਗਜ਼ਾਂ ਦਿਖਾ ਕੇ ਕਈ ਵੱਡੇ ਵੱਡੇ ਮੁਜਰਿਮਾਂ ਦੀ ਬੇਲ ਕਰਵਾਈ ਜਾਂਦੀ ਸੀ, ਜਿਸਦੇ ਵੱਲੋਂ ਇਹ ਸ਼ਖਸ ਮੋਟਾ ਪੈਸਾ ਲੈਂਦਾ ਸੀ ਤੇ ਇਸ ਦੇ ਵਿੱਚ ਕਈ ਹੋਰ ਵੀ ਬੰਦੇ ਸ਼ਾਮਿਲ ਹੈ, ਜਿਸ ਦੀ ਪੁਲਿਸ ਦੇ ਵੱਲੋਂ ਭਾਲ ਕੀਤੀ ਜਾ ਰਹੀ ਹੈ। ਕਿੰਨੀਆਂ ਫਰਦਾ ਕਢਾਈਆਂ ਹੁੰਦੇ? 3 ਮਹੀਨੇ ਹੋ ਗਏ ਜੀ। ਹੈ ਦੱਸੋ, 2 ਢਾਈ ਵਾਰ ਹੋ ਗਏ। ਕਿੰਨੀਆਂ ਫਰਦਾ ਰੋਜ਼ ਕਢਾਣੇ ਸਰ? ਮੈਨੂੰ ਇੱਕ ਅੱਧਾ ਵੀ ਛੱਡ। ਕਿੰਨੇ ਪੈਸੇ ਕਿੰਨੇ ਮਿਲਦੇ ਆ ਸਰ? ਮੈਨੂੰ ਮਤਲਬ 2-3 ਸੌ ਰੁਪਏ ਪਰ ਉਹਦੇ ਹਿਸਾਬ। ਤੂੰ ਕਰਦੇ ਕੀ ਆ ਫਰਦਾ ਦਾ ਸਰ? ਮੈਂ ਅੱਗੇ ਦੇਖਣਾ ਸਰ, ਉਹ ਆਪੇ ਕਰਦਾ ਸਰ। ਕੌਣ ਹੈ ਮੁੰਡੇ ਦਾ, ਕੀ ਨਾਮ ਹੈ? ਦਿਨੇ ਆ ਸਰ। ਕਿੱਥੇ ਲੱਗਿਆ ਉਹ? ਕੋਰਟ 'ਚ ਹੁੰਦਾ। ਅੱਛਾ, ਕੋਰਟ 'ਚ ਹੁੰਦਾ। ਕੀ ਕਰਦਾ ਕੀ ਉਹ ਸਰ? ਉਹ ਮੁਨਸ਼ੀ ਹੈ। ਨਹੀਂ, ਕੋਈ ਅੱਗੇ ਜਮਾਨਤ ਵਗੈਰਾ ਕਰਾਉਣੇ ਤੁਸੀਂ? ਉਹਦਾ ਮੈਨੂੰ ਨਹੀਂ ਪਤਾ, ਉਹ 4-5 ਮੁੰਡੇ ਨੂੰ ਅੱਗੇ ਦੇ ਦਿੰਦਾ ਸਰ। ਹਰਵਿੰਦਰ ਸਿੰਘ ਜੀ ਬਠਲਾਣੇ ਤੋਂ, ਇਹ ਸਾਡੀਆਂ ਜਾਲੀ ਫਰਦਾਂ ਕਢਾ ਕੇ ਜਾਲੀ ਜਮਾਨਤਾਂ ਲਾਉਂਦੇ ਆ ਜੀ। ਪੰਜਕੁਲੇ ਕੋਰਟ 'ਚ ਵੀ ਲਾਈ ਵੀ ਹੈ ਜੀ ਸਾਡੀ। ਮੇਰਾ ਵੱਡਾ ਭਰਾ ਤਾਏ ਦਾ ਮੁੰਡਾ ਕਪਤਾਨ ਸਿੰਘ, ਉਹਨਾਂ ਦੇ ਖਾਤੇ 'ਚ ਪੰਜੌਰ ਲਾਈ ਵੀ ਹੈ ਜੀ। ਇੱਕ ਹੋਰ ਹੈ ਸਾਡੇ ਪਿੰਡ ਦਾ ਮੁੰਡਾ ਸੁਖਜਿੰਦਰ ਸਿੰਘ, ਉਹਨਾਂ ਦੀ ਕਾਲਕਾਂ ਲਾਈ ਵੀ ਹੈ ਜੀ। ਇਦਾਂ ਇਦਾਂ ਜਮਾਨਤਾਂ ਲੈਂਦੇ ਜੀ। ਪਤਾ ਲੱਗੇ ਕਿ ਜਿਹੜੀ ਮੋਹਰਾਂ ਵਗੈਰਾ ਤਹਿਸੀਲਦਾਰ ਨੇ ਉਹ ਵੀ ਨਕਲੀ ਨਕਲੀ ਪਟਵਾਰੀ ਦੇ ਸਾਈਨ ਵੀ ਡੁਪਲੀਕੇਟ ਸਾਈਨ ਹੁੰਦੇ ਆ, ਜਾਲੀ ਸਾਈਨ ਹੁੰਦੇ ਆ, ਤਹਿਸੀਲਦਾਰ ਜਾਲੀ ਸਾਈਨ ਚੈੱਕ ਨਹੀਂ ਕਰਦਾ। ਸਾਨੂੰ ਕੀ ਪਤਾ ਜੀ? ਉਹੀ ਤਾਂ ਕੋਰਟ 'ਚ ਅਸੀਂ ਪੁੱਛ ਰਹੇ ਵੀ ਕੋਰਟ 'ਚ ਐਵੇਂ ਜਮਾਨਤ ਕਿਵੇਂ ਹੋ ਰਹੀ ਜੇ ਬੰਦਾ ਮੌਜੂਦ ਨਹੀਂ ਹੈ ਮੌਕੇ ਤੇ। ਹੁਣ ਆ ਮਾਲਕ ਹੈ ਜ਼ਮੀਨ ਦਾ, ਇਹ ਬੰਦਾ ਉੱਥੇ ਮੌਜੂਦ ਨਹੀਂ, ਜਮਾਨਤ ਕਿਵੇਂ ਹੋ ਰਹੀ ਹੈ? ਜੱਜ ਨਹੀਂ ਦੇਖ ਰਿਹਾ, ਕੋਈ ਵੀ ਨਹੀਂ ਕੋਰਟ, ਕੋਈ ਮੇਰੇ ਕੋਲ ਨਹੀਂ ਦੇਖ ਰਿਹਾ ਕਪੜਾ ਹੈ। ਬਹੁਤ ਵੱਡਾ ਇਹ ਗੈਂਗ ਹੈ ਜੀ, ਕੋਈ ਛੋਟੀ ਮੋਟੀ ਗੱਲ ਨਹੀਂ ਹੈ ਜੀ। ਇਹ ਪੂਰੀ ਸਰਕਾਰ ਦੇ ਬੰਦੇ ਵੀ ਕੁਛ ਰਲੇ ਹੋ ਸਕਦੇ ਆ, ਕਿਉਂਕਿ ਇੰਨੀ ਇੰਟੈਲੀਜੈਂਟ ਬੰਦੇ ਨੇ ਕਢਾਣੀ ਉਹਦੇ ਤੇ ਜਾ ਕੇ, ਉੱਥੇ ਜਾ ਕੇ ਸਭ ਕੁਝ ਕਰਾਉਣਾ ਕੰਮ। ਇਹ ਛੋਟੀ ਮੋਟੀ ਗੱਲਾਂ ਨਹੀਂ ਹੈ ਜੀ, ਇਹਦੇ ਨਾਲ ਇਹ ਬਹੁਤ ਵੱਡਾ ਇੱਕ ਗੈਂਗ ਹੈ ਜਿਹਨੂੰ ਫੜਨ ਦੀ ਜ਼ਰੂਰਤ ਹੈਗੀ ਆ। ਸਰਕਾਰ ਤੇ ਇਹਨਾਂ ਦੇ ਕੋਈ ਭਰੋਸੇ ਤੇ ਨਾ ਰਹੋ ਕਿਸੇ ਤੇ ਵੀ, ਠੀਕ ਹੈ? ਆਪਣੀ ਜ਼ਮੀਨ ਤੇ ਤੁਸੀਂ ਆਪ ਰੱਖ ਕੇ ਬਣੋ, ਠੀਕ ਹੈ? ਆਹ ਦੇਖੋ ਤੁਹਾਡੇ ਮੂਹਰੇ ਹੁਣ ਜਮਾਨਤਾਂ ਹੋ ਰਹੀਆਂ, ਆਪਣੇ ਆਪ ਸਭ ਕੁਝ ਹੋ ਰਿਹਾ ਗਾ, ਪਾਉਣੀ ਤਾਂ ਰਾਖਾ ਕੌਣ ਹੈ ਜੀ? ਤੁਹਾਨੂੰ ਪਤਾ ਵੀ ਨਹੀਂ ਬੰਦੇ ਕੋਲ ਸੰਭਣ ਆ ਗਏ ਵੀ ਹਾਂ ਤੇਰੇ ਉਹਦੇ ਤੇ ਜਮਾਨਤਾਂ ਹੋਈ ਵੀ ਨਾ। ਪੰਜਾਹ 30-40 ਬੰਦੇ ਸੀਗੇ ਜਦੋਂ ਅਸੀਂ ਫੜੇ ਆ। ਅਸੀਂ 3-4 ਜਣੇ ਸੀਗੇ, ਮੇਰੇ ਨਾਲ ਮਿੱਤਰ ਸੀਗਾ, ਹਰਵਿੰਦਰ ਸੀਗਾ, ਬਠਾਣੇ ਵਾਲਾ ਤਾਂ ਮੈਂ ਸੀਗਾ, ਲੰਬੜਦਾਰ ਸੀਗਾ ਇੱਕ। ਅਸੀਂ 4-5 ਜਣੇ ਨੇ ਬੰਦਿਆਂ ਨੇ ਮਤਲਬ ਇਹ ਫੜੇ ਆ ਇਹ। ਠੀਕ, ਹਾਂਜੀ। ਇਹਦੀ ਕੰਪਲੇਂਟ ਜਾਲੀ ਜਮਾਨਤਾਂ ਕਢਾ ਕੇ ਆਪਣੇ ਫਰਦਾਂ ਕਢਾ ਕੇ, ਬਠਲਾਣੇ ਪਿੰਡ ਦੀਆਂ ਫਰਦਾਂ ਨਿਕਲੀਆਂ ਨੇ, ਫਰਦਾਂ ਕਢਾ ਕੇ ਧੀਰਪੁਰ ਦੀਆਂ ਕਢਾ ਕੇ ਜਾਲੀ ਜਮਾਨਤਾਂ ਜਿਹੜੀਆਂ ਨਾ ਉਹ ਦਿੰਦੇ ਨੇ।
ਇਹਨੇ ਇੱਕ ਅਜੇ ਤੱਕ ਇੱਕ ਬੰਦਾ ਦੱਸਿਆ ਵਿਨੇ ਫੇਸ 5 ਦਾ, ਬਾਕੀ ਅੱਗੇ ਪੜਤਾਲ ਕਰਦੇ ਆ ਪੜਤਾਲ ਕਰਕੇ। ਇਹ ਚੰਡੀਗੜ੍ਹ ਦਾ ਰਹਿਣ ਵਾਲਾ ਵਾ, ਇਹਦਾ ਨਾਮ ਅਪਰ ਅਕਬਰ 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 ਸੈਫੀ ਹੈ ਇਹਦਾ ਨਾਮ ਹੈ। ਪਹਿਲਾਂ ਕਿੰਨੀਆਂ ਕੁ ਜਮਾਨਤਾਂ ਦਿੱਤੀਆਂ ਨੇ? ਜਮਾਨ ਦੱਸ ਤਾਂ ਨਹੀਂ, 2-3 ਮਹੀਨੇ ਹੋ ਗਏ ਜੀ ਕਢਾਉਂਦੇ ਨੇ, ਸਰਕਲ ਦੀ ਫਰਦ ਕਢਾ ਕੇ ਸਰ ਅੱਗੇ ਫੜਾ ਦੇਣਾ। ਅੱਛਾ, ਕਿੰਨੇ ਮਹੀਨੇ ਹੋ ਗਏ ਕਢਾ ਰਹੇ ਸਰ? 2-2.5 ਮਹੀਨੇ ਹੋ ਗਏ ਸਰ। ਕਿੰਨੀਆਂ ਰੋਜ਼ ਹੀ ਕਢਾ ਲੈਂਦੇ ਆਪਾਂ ਸਰ? ਰੋਜ਼ ਨਹੀਂ ਕਢਾਉਣਾ, ਮਤਲਬ 1-2 ਦਿਨ ਛੱਡ ਕੇ, 2 ਦਿਨ ਛੱਡ ਕੇ ਸਰ, ਮਤਲਬ 1-2 ਕਢਾ ਲੈਣਾ ਹੁੰਦਾ ਸਰ। ਜਿਵੇਂ ਜਿਵੇਂ ਮੈਨੂੰ ਕਹਿੰਦੇ ਆ ਸਰ, ਉਵੇਂ ਉਵੇਂ ਮੈਂ ਕਢਾ ਕੇ ਲੈ ਕੇ ਆ। ਗਰੋਹ ਹੈ ਛੋਟਾ ਸਰ? ਮੈਂ ਸਰ, ਚਲੋ ਅੱਗੇ ਪੜਤਾਲ